ਭਾਈ ਜਰਾ ਗੁਜਰਾਂ ਦੇ ਚਾਹੇ ਨੇ ਜਰਾ ਸਹੀ ਲਾ ਦੋਣਾ ਚਾਹੀਦਾ ਜੀ ਆ ਤੇ ਲੈ ਦੋ ਸਰ ਜੀ ਬਦਮਾਸ਼ ਸਾਹਿਬ ਸਾਨੂੰ ਕੁਛ ਕਿਹਾ ਜੇ ਨਾ ਭਲਵਾਨ ਜੀ ਫੜੋ ਭਾਗ ਲੱਗੇ ਰਹਿ ਡਰੇ ਹੋ ਤੁਸੀਂ ਅਸੀਂ ਵੀ ਤੁਸੀਂ ਨਹੀਂ ਹੈਗੇ ਨਹੀਂ ਤੇ ਦੱਸ ਤੇ ਸਹੀ ਮੈਂ ਕਹਿੰਦਾ ਲੱਗਦਾ ਕੋਈ ਕੁੱਤਾ ਸਟੈਂਡ ਤੇ ਲਾ ਗਿਆ ਸ਼ਿਵਲ ਜੀ ਕੋਟ ਵੇਖ ਪਾਇਆ ਇਹਨੇ ਤੇਰੀਆਂ ਇਹਨਾਂ ਹਰਕਤਾਂ ਤੋਂ ਤੇਰੀ ਬੁੱਢੀ ਨੇ ਤੇਰੇ ਕੋਲ ਤਲਾਕ ਲਈ ਸਾਲਿਆ ਉਹ ਕਿਸ ਗੱਲ ਤੋਂ ਜੀ ਅਦਾਲਤ ਜਾ ਕੇ ਨਹੀਂ ਮੈਨੂੰ ਤਲਾਕ ਦਿਓ ਜੱਜ ਕਹਿੰਦਾ ਮਾਰਦਾ ਜਾਂ ਖਰਚਾ ਨਹੀਂ ਦਿੰਦਾ ਕਹਿੰਦੀ ਨਹੀਂ ਸ਼ੱਕ ਕਰਦਾ ਕਹਿੰਦੀ ਸ਼ੱਕ ਕਰਦਾ ਕਹਿੰਦੀ ਮੈਂ ਘਰ ਇਕੱਲੀ ਬੈਠੀ ਹੁੰਦੀ ਹਾਂ ਆਉਂਦਾ ਹੀ ਬੰਦਾ ਲੱਭਣ ਲੱਗ ਪੈਂਦਾ ਇਸੇ ਲਈ ਮੈਂ ਆਪਣੀ ਬੀਵੀ ਨੂੰ ਤਲਾਕ ਦਿੱਤੀ ਸੀ ਹਰ ਗੱਲ ਭਰਾ ਨੂੰ ਦੱਸਦੀ ਸੀ ਅੱਛਾ ਜੀ ਤੁਸੀਂ ਇਹਨਾਂ ਨੂੰ ਵਿਆਹ ਸਿਆਲਕੋਟੀ ਦਰਵਾਜ਼ੇ ਬੰਦਾ ਕੜਾਈ 'ਚ ਮੱਛੀ ਤਲ ਰਿਹਾ ਇਹ ਚਵਲ ਉਹਦੇ 'ਚ ਕੁੰਡੀ ਸੁੱਟ ਕੇ ਖਲੋਤਾ ਹੋਇਆ ਤਲੀ ਮੱਛੀ ਫੜ ਰਿਹਾ ਜੱਫੀ ਪਾ ਕੇ ਉੱਥੇ ਦੰਦੀ ਵੱਢ ਕੇ ਤੇਰੀ ਭਾਬੀ ਦੇ ਕਾਬਲ ਹੀ ਨਾ ਰਵਾਂ ਮੈਂ ਭਾਈ ਜੀ ਮੈਂ ਆਇਆ ਜੀ ਸ਼ਾਦੀ ਕਰਨ ਸ਼ਾਦੀ ਕਰਨੀ ਜੀ ਇਹਦੀਆਂ ਭੈਣਾਂ ਨੇ ਠੀਕ ਹੈ ਫਿਰ ਦੋ ਦੇ ਦਿਓ ਇੱਕ ਦੇ ਉੱਤੇ ਇੱਕ ਨੂੰ ਮੋਢਿਆਂ ਤੇ ਖੜੀ ਕਰ ਲਾ ਤੇ ਉਹ ਈਜ਼ੀ ਹੋ ਜਾਏਗਾ ਨਹੀਂ ਭਾਜੀ ਇਹਦੀਆਂ ਭੈਣਾਂ ਮੈਂ ਕਹਿੰਦਾ ਭੈਣਾਂ ਛੱਡ ਇਹ ਵੀ ਚੱਲੇਗਾ ਭਾਈ ਜੀ ਦੇਖੋ ਸਰਦੀ ਆ ਏਸੀ ਬੰਦ ਹੋ ਪੱਖੇ ਬੰਦ ਹੋ ਮੋਟਰਸਾਈਕਲ ਤੇ ਹਲਕਾ ਜਿਹਾ ਨਿਕਲੋ ਤੇ ਇੱਥੇ ਠੰਡੀ ਹਵਾ ਪੈਂਦੀ ਹੈ ਹਰ ਚੌਂਕ 'ਚ ਯਖੜੀਆਂ ਲੱਗ ਜਾਣੀਆਂ ਉਬਲੇ ਆਂਡੇ ਲੱਗ ਜਾਣੇ ਨੇ ਹੁਣ ਤੁਸੀਂ ਇੱਕ ਉਬਲੇ ਆਂਡਾ ਖਾ ਕੇ ਯਖੜੀ ਦਾ ਕੱਪ ਪੀ ਕੇ ਜੇ ਉਸ ਟਾਈਮ ਬੰਦੇ ਕੋਲ ਜਨਾਨੀ ਨਾ ਹੋਵੇ ਤੇ ਫਿਰ ਤੈਨੂੰ ਲੱਭਦਾ ਫਿਰੇਗਾ ਉਸ ਵੇਲੇ ਕੀ ਗੱਲਾਂ ਕਰ ਰਹੇ ਆ ਪਹਿਲਵਾਨ ਜਿੰਨੀ ਇਹਨਾਂ ਦੇ ਵਿਹੜੇ 'ਚ ਗੁਰਬਤ ਹੈ ਨਾ ਇੱਕ ਇੱਕ ਤਵੇ ਦਾ ਪਰੌਂਠਾ ਤੇ ਥੋੜੀ ਸਾਰੀ ਠੰਡੀ ਕੜੀ ਇਹਨਾਂ ਨੂੰ ਖਵਾ ਇਹਨੇ ਤੇਰੇ ਅੱਗੇ ਆਪਣੀਆਂ ਦਾਦੀਆਂ ਵੀ ਲੈਣੀਆਂ ਇਹਦੀ ਦਾਦੀ ਤੇ ਫਿਰ ਵੀ ਚੱਲ ਜਾਏਗੀ ਉਹਦੀ ਦਾਦੀ ਮੈਂ ਕਿੱਥੇ ਲੱਭਦਾ ਫਿਰਾਂਗਾ ਦਾਦੀ ਕਿੱਥੇ ਗਈ ਦਾਦੀ ਕਿੱਥੇ ਗਈ ਇਹਦੇ ਵਿਆਹ ਤੇ ਜਿਹਨੇ ਵੀਡੀਓ ਫਿਲਮ ਬਣਾਈ ਉਹਦੇ ਗੋਡੇ ਛਿੱਲੇ ਗਏ ਇੰਜ ਤੇ ਬਣਾਈ ਸੀ ਉਹਨੇ ਸਾਰੀ ਸਾਰੀ ਬਰਾਤ ਤੇ ਐ ਫਿਰਨ ਡਈ ਸੀ ਅੱਛਾ ਚਵਲ ਕਬਰਸਤਾਨ ਦਹੀਂ ਭੱਲੇ ਲਾ ਲਏ ਤੇ ਪਹਿਲੀ ਆਵਾਜ਼ ਨੂੰ ਲਾਈ ਦਹੀਂ ਭੱਲੇ ਮੁਰਦਾ ਉੱਠ ਕੇ ਕਹਿੰਦਾ ਚੱਲ ਆਪਣੇ ਮੁੱਲੇ ਸ਼ਵਾਰਮਾ ਲੈਣ ਗਿਆ ਸ਼ਵਾਰਮਾ ਪੈਕ ਕਰ ਰਿਹਾ ਤੈਨੂੰ ਕਹਿੰਦਾ ਭਾ ਇੱਕ ਵਾਰੀ ਮੂੰਹ ਵਹਾ ਦੇ ਇਹਦੇ ਜ਼ਿਹਨ 'ਚ ਮਈਅਤ ਬੰਨ ਰਹੇ ਨੇ ਉਹ ਬੰਦੇ ਦੇ ਮੱਥੇ ਦੇ ਵਿੱਚ ਗੋਲੀ ਵੱਜੀ ਮਰ ਗਿਆ ਸਾਰੇ ਬੰਦੇ ਰੋਣ ਡਏ ਕੋਲ ਖਲੋ ਕੇ ਗਈ ਰੋਣ ਕਿਉਂ ਸ਼ੁਕਰ ਕਰੋ ਉਹਦੀ ਅੱਖ ਬਚ ਗਈ ਆ ਗੁਲਾਬ ਦੀ ਟਹਿਣੀ ਸੀ ਇਹਦੀ ਸਿਹਤ ਵੇਖ ਇਹਦੀਆਂ ਗੱਲਾਂ ਵੇਖ ਏਡਾ ਬਰੀਕ ਬੱਚਾ 1-5 ਨੂੰ ਕਿੱਕ ਮਾਰੀ ਤੇ ਗਾਇਬ ਹੋ ਗਿਆ ਉਹ ਕਿਸੇ ਉਹ ਪਤਾ ਲੱਗਾ ਕਿੱਕ ਵਾਪਸ ਆਈ ਤੇ ਉੱਡ ਕੇ ਛੱਤ ਚਲਾ ਗਿਆ ਸਾਰੀ ਫਿਟਿੰਗ ਹੀ ਥੱਲੇ ਕਰਾਤੀ ਇੱਥੇ ਕਰਕੇ ਉਹ ਨਲਕੇ ਇੱਥੇ ਇੱਥੇ ਕਰਕੇ ਲੱਗੇ ਨੇ ਸਰ ਵੱਡਾ ਬੰਦਾ ਖਲੋ ਕੇ ਧੋ ਰਿਹਾ ਟੂਟੀਆਂ ਲੱਗੀਆਂ ਖੋਲ ਕੇ ਹੱਥ ਧੋਣ ਲੱਗ ਪਿਆ
ਤੁਸੀਂ ਪਿੰਡਾਂ ਦੇ ਵਿੱਚ ਜਾਓ ਨਾ, ਪਿੰਡਾਂ ਦੇ ਵਿੱਚ ਉਹ ਹੇਠਾਂ ਉੱਤੇ ਮੰਜੀਆਂ ਰੱਖੀਆਂ ਹੁੰਦੀਆਂ, ਮੰਜੀ ਮੰਜੀ ਉੱਤੇ, ਮੰਜੀ ਮੰਜੀ ਉੱਤੇ। ਕਿਸੇ ਦੋਸਤ ਦੇ ਘਰ ਗਿਆ, ਉਹ ਘਰ ਨਹੀਂ ਸੀਗਾ, ਉਹਦੀ ਬੀਵੀ ਨੇ ਕਿਹਾ ਹੁਣ ਸਵੇਰੇ ਆਏਗਾ ਤੂੰ ਮਿਲਣੀ ਕਿੱਥੋਂ, ਐਡੀ ਦੂਰ ਜਾਏਗਾ। ਉਹਨੇ ਰੋਟੀ ਰੋਟੀ ਖਵਾਈ ਤੇ ਸਭ ਤੋਂ ਥੱਲੜੀ ਮੰਜੀ ਤੇ ਸਵਾਤਾ ਇਹਨੂੰ, ਵਿਚਕਾਰ ਲਈ ਤੇ ਬੱਚੇ ਉਤਲੀ ਤੇ ਉਹ ਆਪ ਠੀਕ ਹੈ। ਪਤਾ ਨੀ ਰਾਤੀ ਕੀ ਹੋਇਆ ਤੇ ਉਤਲੀ ਮੰਜੀ ਤੇ ਪਹੁੰਚ ਗਿਆ ਉਹਦੀ ਮੰਜੀ, ਪਤਾ ਨੀ ਕੀ ਹੱਥ ਪੈਰ ਮਾਰੇ। ਉਹਨੇ ਕਿਹਾ ਬਗੈਰ ਤਾਂ ਮੈਂ ਤੈਨੂੰ ਰੋਟੀ ਖਵਾਈ, ਪਾਣੀ ਪੈ ਦੇ, ਤੂੰ ਮੇਰੀ ਇੱਜ਼ਤ ਤੇ ਹੱਥ ਪਾਇਆ। ਅੱਗੋਂ ਕਹਿੰਦਾ ਨਹੀਂ ਮੈਂ ਮਾਫੀ ਚਾਹੁੰਦਾ, ਮੈਂ ਮੰਜੀ ਤੋਂ ਡਿੱਗ ਪਿਆ। ਬੱਚਿਆ ਥੱਲੋਂ ਉੱਤੇ ਡਿੱਗ ਪਿਆ ਜਾ ਕੇ ਕੁੱਤੇ ਦੇ ਆ ਪੁੱਤਰਾ, ਐਡਾ ਤੂੰ ਸੱਤ ਰੱਬਤੀ ਚਵਲ ਜਿਹਾ, ਇਹਦਾ ਪਿਓ ਮਰ ਗਿਆ, ਇਹਦੀ ਮੌਤ ਹੈ। ਨਹੀਂ ਮਰਿਆ, ਬਚ ਗਿਆ, ਬਚ ਗਿਆ। ਇਹਦਾ ਪਿਓ ਮਰ ਗਿਆ, ਜਨਾਜ਼ਾ ਲੈ ਕੇ ਜਾ ਰਹੇ, ਸਾਹਮਣੇ ਖੰਭੇ 'ਚ ਵੱਜਾ ਤੇ ਉੱਠ ਕੇ ਪੈ ਗਿਆ। ਅਗਲੇ ਦਿਨ ਫਿਰ ਮਰ ਗਿਆ, ਫਿਰ ਲੈ ਕੇ ਜਾ ਰਹੇ, ਸਾਰੇ ਕਹਿ ਰਹੇ ਕਲਮਾ ਸ਼ਹਾਦ, ਇਹ ਚਵਲ ਇਕੱਲਾ ਹੀ ਕਹਿ ਰਿਹਾ ਉਹ ਖੰਭਾ ਬਚਾ। ਪੈਂਪਰ ਲੈਣ ਗਿਆ ਤਾਂ ਉੱਥੇ ਭੁੱਲ ਗਿਆ, ਉੱਥੇ ਜਾ ਕਹਿੰਦਾ ਜੀ ਇਹਦੀ ਕੇਸਿੰਗ ਦੇ ਦੇ। ਆਪਣੇ ਦੋਸਤਾਂ ਨੂੰ ਕਹਿ ਬਸ ਯਾਰ ਦੁਆ ਕਰੋਗੇ ਜੇ ਕਦੇ ਪੇਮੈਂਟ ਫਸੀ ਨਿਕਲ ਆਵੇ ਯਾਰ। ਇਹ ਤੇ ਕੋਈ ਗੱਲ ਨੀ ਜੀ, ਇਹਦਾ ਤੁਹਾਨੂੰ ਪਤਾ ਹੀ ਨੀ, ਉਹ ਵੱਡੇ ਫਲੱਸ਼ ਨੀ ਹੁੰਦੇ ਜਿਹੜੇ ਖਲੋਤੇ ਹੁੰਦੇ ਨੇ, ਇਹਨੇ ਪਹਿਲੀ ਵਾਰੀ ਵੇਖਿਆ ਤੇ ਮੂੰਹ ਧੋਣ ਲੱਗ ਗਿਆ। ਸਵੇਰੇ ਸਵੇਰੇ ਲੱਕੜ ਦੀਆਂ ਫੱਟੀਆਂ ਨਾਲ ਕੂੜਾ ਰੇਹੜੀ ਚ ਪਾ ਕੇ ਤੇ ਰੇਹੜੀ ਇੰਜ ਇੱਥੇ ਫੱਟੀਆਂ ਇੰਜ ਲੈ ਕੇ ਜਾਂਦਾ ਜਿਵੇਂ ਲੈਪਟਾਪ ਲੈ ਕੇ ਜਾ ਰਿਹਾ। ਚਵਲ ਆ ਪੇਂਡੂ, ਪਿੰਡ ਚੋਰੀਆਂ ਕਰਦਾ ਜੀ, ਚੋਰੀ ਕਰਕੇ ਦੌੜਨ ਲੱਗਾ, ਉਹਨਾਂ ਨੇ ਫੜ ਲਿਆ। ਇਹਦਾ ਮੂੰਹ ਕਾਲਾ ਕਰਕੇ ਨਾ ਖੋਤੇ ਤੋਂ ਪਾ ਕੇ ਪੂਰੇ ਪਿੰਡ ਦਾ ਚੱਕਰ ਲਵਾਇਆ। ਜਦੋਂ ਦੀ ਗਲੀ ਗੁਲੂ ਲੰਘੇ ਨਾ, ਮੇਰੀ ਮਾਂ ਬਾਹਰ ਗਲੂ ਕਰਾਉਣ ਡਈ, ਕਹਿੰਦਾ ਰੋਨੀ ਕਿਉਂ, ਜਾ ਕੇ ਚਾਹ ਬਣਾ, ਦੋ ਤਾਂ ਗਲੀਆਂ ਰਹਿ ਗਈਆਂ। ਇਹ ਗੱਲ ਸੱਚੀ ਹੈ ਸਾਹਿਰ, ਜੇ ਖੋਤਾ ਆਪ ਸੁਣਾ ਰਿਹਾ ਤੇ ਸੱਚੀ ਹੋਏਗੀ। ਅੱਜ ਤੁਸੀਂ ਉਹਨੂੰ ਖੋਤਾ ਕਹਿਣ ਡਏ, ਉਹਦੇ ਨਾਲ ਅਫਸੋਸ ਕੀਤਾ ਜੀ, ਉਹਦਾ ਪਿਓ ਮਰ ਗਿਆ, ਕਿੰਜ ਉਹ ਕਿੰਜ ਉਹ ਗਟਰ ਚ ਵੜਿਆ ਸ਼ਰੀਕਾ ਪਿੱਛੋਂ ਪਾਣੀ ਖੋਲ। ਭਾਏ ਮੇਰਾ ਤਾਂ ਪਿਓ ਮਰਿਆ ਨਾ, ਇਹਨੂੰ ਅਫਸੋਸ ਕਰੋ, ਤੇਰੇ ਭਰਾ ਐਕਸੀਡੈਂਟ ਚ ਮਰ ਗਈ, ਇਹਨਾਂ ਦੇ ਘਰ ਪਰਾਉਣਾ ਆਇਆ ਸੀ, ਉਹ ਥਾਲਾ ਗਰਮਾ ਲਾਇਆ, ਉਹਨੇ ਛਾਪੜ ਚੋਂ ਕੱਢਿਆ, ਗਰਮਾ ਰੇੜ ਪਿਆ, ਤਿੰਨ ਭਰਾ ਥੱਲੇ ਆ ਗਏ। ਨਹੀਂ ਵੈਸੇ ਹੈ ਬੱਬਰ ਸ਼ੇਰ, ਪਹਿਲੇ ਨਾਈਆਂ ਦਾ ਕੰਮ ਕਰਦਾ ਸੀ, ਉਹ ਪਿੰਡ ਦੇ ਚੌਜ ਦਾ ਮਰ ਗਿਆ ਪਿਓ, ਉਹਨੇ ਕਹਿੰਦਾ ਰਾਜਾ ਕਿ ਛੋਲਿਆਂ ਦੀ ਦੇਗ ਤੇ ਪਕਾ ਦੇ, ਉਹ ਚਾਰ ਕੁ ਮਹੀਨੇ ਗਿਆ, ਕਹਿੰਦਾ ਦੇਗ ਕੈਸੀ ਪੱਕੀ, ਕਹਿੰਦਾ ਜੀ ਬਹੁਤ ਅੱਛੀ ਪੱਕੀ ਹੈ, ਕਾਸ਼ ਤੁਸੀਂ ਛੋਲੇ ਕਿਤੇ ਰਾਤ ਨੂੰ ਭਿਓ ਦਿੱਤੇ ਹੁੰਦੇ ਨਾ। ਉਹਨੇ ਕਿਹਾ ਚਵਲਾ ਸਵੇਰੇ 9 ਤੇ ਮੇਰਾ ਪਿਓ ਮਰਨ ਡਿਆ, ਮੈਂ ਰਾਤ ਨੂੰ ਛੋਲੇ ਭਿਓ ਦਿਆ। ਚਵਲ ਜੀ ਆ ਨਾ ਹੋਵੇ ਤੇ ਇਹਨੇ ਸਟ੍ਰਾਬਰੀ ਲਾ ਲਈ, ਸਾਰਾ ਦਿਨ ਲਾ ਕੇ ਬੈਠਾ ਰਿਹਾ, ਰਾਤ ਨੂੰ ਭੁੱਲ ਗਿਆ। ਇਹ ਗਾ ਗਾ ਕਹਿੰਦਾ ਕੀ ਲਾਇਆ, ਕਹਿੰਦਾ ਬੁੱਝੋ ਹੋ ਭਲਾ, ਤੂੰ ਵੇਚ ਰਿਹਾ, ਤੂੰ ਦੱਸ। 10 ਦਿਨ ਜਹਾਜ਼ ਚ ਬੈਠਾ ਰਿਹਾ, ਜਹਾਜ਼ ਉੱਡਿਆ ਹੀ ਨਹੀਂ, ਇੱਥੇ ਮੈਂ ਮਾਡਲ ਟਾਊਨ ਵਾਲੇ ਚ ਜਨਾਜ਼ੇ ਨਾਲ ਗਿਆ, ਉੱਥੋਂ ਵੀ ਮਾਰ ਖਾ ਲਈ, ਜਨਾਜ਼ੇ ਨਾਲ। ਅੱਛਾ, ਜਨਾਜ਼ੇ ਨਾਲ ਗਿਆ, ਉਹਨਾਂ ਨੇ ਮੁਰਦਾ ਕਬਰ ਚ ਲਾਇਆ। ਇੱਕ ਬੰਦਾ ਕਹਿੰਦਾ ਭਾਜੀ ਮੂੰਹ ਐਨੂੰ ਕਰ ਦਿਓ, ਕਹਿੰਦਾ ਕਿਉਂ ਜੀ, ਕੋਈ ਗੱਲ ਕਰਨੀ? ਪਿੰਡਾਂ ਦੇ ਵਿੱਚ ਤੁਸੀਂ ਜਾ ਕੇ 20 ਰੁਪਏ ਦਾ ਸਰੋਂ ਦਾ ਤੇਲ ਲਵੋ ਨਾ, ਇਹਦੇ ਮੂੰਹ ਵਰਗੀਆਂ 2 ਪਲੀਆਂ ਪਾਉਂਦਾ ਉਹ ਕੁੱਪੀ ਚ ਐਂ ਕਰਕੇ। ਰਾਤੀ ਲੋੜ ਪਏਗੀ ਇਹਦੀ। ਕੰਜਰੀ ਨੂੰ ਤਲਾਕ ਹੋ ਗਈ। ਅੱਛਾ, ਇਹਦੀ ਸਿਹਤ ਵੇਖ, ਇਹੋ ਜਿਹੇ ਬੰਦੇ ਨੂੰ ਬੰਦਾ ਪੁੱਛੇ ਨਾ ਕੀ ਗੱਲ ਭਾਜੀ ਬੜਾ ਥੱਕੇ ਹੋ, ਕੇਲਾ ਛਿੱਲ ਬੈਠਾ। ਦਿਨੇ ਮਿਲਣੀ ਚਾਹੀਦੀ,
ਸਕੰਜਵੀ ਤੋਂ ਯਾਦ ਆਇਆ ਪਿਛਲੇ ਰੋਜ਼ੇ ਸਕੰਜਵੀ ਵੇਚ ਰਿਹਾ ਅਚਾਨਕ ਪੁਲਿਸ ਦੀ ਗੱਡੀ ਆਈ ਘਬਰਾ ਕੇ ਤੇ ਉਹ ਸਕੰਜਵੀ ਤਰਮਕਣ ਲੱਗ ਪਿਆ ਤੇ ਚਾ ਨਿੰਬੂ ਐਸਾ ਚੁੱਕੇ ਵੀ ਮਾਰ ਕੇ ਤੂੰ ਆਇਆ ਕਰ ਚਵਲ ਦੁਕਾਨ ਤੇ ਜਾ ਕੇ ਨਾ 10 ਰੁਪਏ ਦਾ ਦੇਸੀ ਘਿਓ ਦੇ ਦਿਓ ਹੁਣ ਕਿਉਂ ਪਤਾ ਨੀ ਪਾਗਲ ਉਹਨੇ ਚਮਚਾ ਕੱਢ ਕੇ ਹੱਥ 'ਚ ਮਾਰਿਆ ਸੌਂਕ ਕੇ ਕਹਿੰਦਾ ਸਹੀ ਹੈ ਤੋਲ ਦਿਓ ਭਾਈ ਜੀ ਇਹ ਕਮਰਾ ਸਾਡੇ ਕੋਲ ਸਰ ਜੀ ਮੈਂ 15,000 ਰੁਪਇਆ ਨਾ 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 ਬਿਜਲੀ ਗੈਸ ਪਾਣੀ ਦਾ ਬਿੱਲ ਲੈ ਦਾ ਜੇ 15,000 ਰੁਪਇਆ ਕਰਾਇਆ ਜੀ ਨਹੀਂ ਜੀ ਮੈਂ 8,000 ਦਿਆਂਗਾ ਯਾਰ 15,000 ਉਹ ਗੱਲ ਓਏ ਭਾਈ ਗੱਲ ਸੁਣੋ ਅੱਲਾ ਪਾਕ ਨੇ ਤੁਹਾਨੂੰ ਅਗਰ ਮਾਲਕ ਮਕਾਨ ਬਣਾਇਆ ਨਾ ਉਹ ਗਰੀਬ ਆਦਮੀ ਉਹਦੀ ਤਨਖਾਹ ਵੇਖੋ ਵੇ 2.5 ਮਰਾਸੀ ਮੰਨ ਜੋ ਰੋਟੀ ਨਹੀਂ ਜੇ ਖਾਣੀ ਹਾਂਜੀ ਹਾਂਜੀ ਅੱਛਾ ਤੇ ਕਦੋਂ ਜਾਣਾ ਕੀ ਡਿਊਟੀ ਹੈ ਤੁਸੀਂ ਮੈਂ ਜੀ ਦਿਨੇ ਕੰਮ ਕਰਨਾ ਅੱਛਾ ਤੇ ਰਾਤ ਨੂੰ ਮੈਂ ਛੁੱਟੀ ਕਰਨਾ ਅੱਛਾ ਹਾਂਜੀ ਮੈਨੂੰ ਰਾਤ ਵਾਸਤੇ ਚਾਹੀਦਾ ਰਾਤ ਵਾਸਤੇ ਤੇ 8,000 ਦਿਆਂਗਾ ਤਾਂ 8,000 ਰੁਪਇਆ ਤੇ ਬਿਜਲੀ ਗੈਸ ਪਾਣੀ ਦਾ ਬਿੱਲ ਲਾਦਾ ਜੀ ਬਿਜਲੀ ਤੇ ਬਲਨੀ ਹੀ ਨਹੀਂ ਕੀ ਮਤਲਬ ਕਿ ਉਹ ਨੇਰੇ ਦਾ ਕੰਮ ਤੇ ਤੂੰ ਨਾਲ ਨਹੀਂ ਹੋਣਾ ਓਏ ਹੈਲੋ ਜੀ ਲਿਆ ਲਿਆ ਵਿੱਚ ਇੱਕ 500 ਵਾਲਾ ਗਿਣ ਗਏ ਹੋ ਚਲੋ ਦੇ ਦਿਓ ਹੁਣ ਦੇ ਦਿਓ ਦੇ ਦਿਓ ਧਿਆਨ ਆਪਣਾ ਧਿਆਨ ਨਾਲ ਧਿਆਨ ਹੈ ਇੰਨੇ ਤੇ ਹੈ ਹੀ ਨਹੀਂ ਜਿੰਨੇ ਤੂੰ ਗਿਣ ਛੱਡੇ ਨੇ ਮਾਮਾ 10-10 ਵਾਲੇ ਦੇ ਦੇਂਦੇ ਆ ਉਹ ਪਵਾੜ 1,000 ਦਾ ਪਾਣ ਆਈ ਆ ਦੇਈ ਯਾਰ 1,000 ਕਿੱਥੇ ਹੀ ਤੇ ਪਾਣ ਕਿੱਥੇ ਹੀ ਲੋਹੀ ਕੇ ਜੀ ਮਕਾਨ ਮੇਰਾ ਹੋਇਆ ਸਾਡੇ ਘਰੋਂ ਭੁੱਖ ਨਹੀਂ ਜਾਣੀ ਮਹੀਨੇ ਬਾਅਦ ਕਿਰਾਇਆ ਵੀ ਆਂਦੀ ਹੋਣਾ ਜੀ ਸਰ ਕੀ ਪੇ ਗੱਲ ਕਰ ਰਹੇ ਹੋ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਕੁਛ ਖਾਧਾ ਨਹੀਂ ਕਿੱਥੇ ਜਾ ਓਏ ਹਾਏ ਹਾਏ 3 ਦਿਨ ਹੋ ਗਏ ਅਪਰਾਧ ਚੋਰੀ ਹੋਣੇ ਤੈਨੂੰ ਬਰਗਰ ਬਣਾ ਦਿੰਦੇ ਬਰਗਰ 3 ਲਾਣੇ ਨਹੀਂ ਗਰਮ ਹੀ ਇੱਕ ਮਿੰਟ ਲਿਫਾਫੇ ਤੋਂ ਲਾ ਲੈਣਾ ਤੂੰ ਆ ਸਿੱਧਾ ਹੀ ਜਾਏਗਾ ਵਿੱਚ ਸ਼ਾਮੀ ਲਾਇਆ ਹਾਂਜੀ ਆ ਵੇਖੋ ਪਹਿਲੇ ਓਏ ਪਹਿਲੇ ਕਿਸੇ ਵੱਡੇ ਨੂੰ ਖਵਾ ਲੈ ਜਿਹੜਾ ਥੱਲੇ ਡਿੱਗੇਗਾ ਉਹ ਚੱਟ ਲਏਗਾ ਖਾਓ ਕਿੰਨੇ ਖਾਣਾ ਏ ਇਹਦੇ 3 ਪੀਸ ਕਰਾ ਉਧਰ ਫੜਾ ਇਹਦੇ 3 ਪੀਸ ਕਰ ਇਹ ਮੈਂ ਆਪਣਾ ਚੁੱਕ ਲਿਆ ਜੀ ਬਾਕੀ ਥੱਲੇ ਡੇਗ ਪੈ ਬਾਕੀ